ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਇਹ ਖੂਹ ਹੈ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਦਰਸ਼ਨ ਦੀਦਾਰੇ ਕਰਕੇ ਅੱਜ ਅਸੀਂ ਇੱਥੋਂ ਨਿਕਲਣ ਲੱਗੇ ਹਾਂ। ਸਤਿਗੁਰ ਨੇ ਬੜੀ ਕਿਰਪਾ ਕਰਕੇ ਆਪਣੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਆ, ਬਹੁਤ ਚੰਗਾ ਲੱਗਾ ਇੱਥੇ ਆ ਕੇ। ਸੋ ਹੁਣ ਅੱਗੇ ਜਾ ਰਹੇ ਹਾਂ ਜੀ ਗੁਰਦੁਆਰਾ ਦੇਹਰਾ ਸਾਹਿਬ, ਫਿਰ ਉਸ ਤੋਂ ਬਾਅਦ ਇੰਡੀਆ ਦੀ ਵਾਪਸੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਜੀ ਗੁਰਦੁਆਰਾ ਪੱਟੀ ਸਾਹਿਬ, ਜਿੱਥੇ ਪਾਂਧੇ ਕੋਲੋਂ ਗੁਰੂ ਨਾਨਕ ਸਾਹਿਬ ਪੜ੍ਹਨ ਆਉਂਦੇ ਸੀਗੇ, ਇਹ ਉਹ ਅਸਥਾਨ ਹੈ ਜੀ। ਇਹ ਥੋੜ੍ਹਾ ਜਿਹਾ ਕੰਸਟਰਕਸ਼ਨ ਚੱਲ ਰਹੀ ਹੈ ਦੇਖ ਲੈ। ਮੈਂ ਅੰਦਰ ਦੇ ਦਰਸ਼ਨ ਕਰਾ ਲਿਆ। ਇਸ ਟਾਈਮ ਕਿਵਾੜ ਬੰਦ ਹੈ, ਸੋ ਤਾਂ ਕਰਕੇ ਅੰਦਰ ਸ਼ਾਇਦ ਨਹੀਂ ਜਾ ਸਕਦੇ ਆਪਾਂ। ਗੁਰਦੁਆਰਾ ਸਾਹਿਬ ਬਾਲ ਲੀਲਾ ਸਾਹਿਬ, ਇਹ ਵੀ ਅੰਡਰ ਕੰਸਟਰਕਸ਼ਨ ਹੈ ਜੀ। ਖਾਲਸਾ ਫਤਿਹ ਜੀ। ਗੁਰਦੁਆਰਾ ਸਾਹਿਬ ਸ੍ਰੀ ਬਾਲ ਲੀਲਾ, ਜਦੋਂ ਗੁਰੂ ਨਾਨਕ ਸਾਹਿਬ ਬੱਚਿਆਂ ਨਾਲ ਇੱਥੇ ਖੇਡਣ ਆਉਂਦੇ ਸੀ। ਇਹ ਉਹ ਗਲੀਆਂ ਹੈ ਜੀ ਜਿੱਥੇ ਗੁਰੂ ਨਾਨਕ ਸਾਹਿਬ ਖੇਡਦੇ ਰਹੇ ਨੇ, ਨਨਕਾਣਾ ਸਾਹਿਬ ਦੀਆਂ ਗਲੀਆਂ। ਇੱਕ ਇੱਕ ਜ਼ਰਾ ਇਹ ਇਹਨਾਂ ਗਲੀਆਂ ਦਾ ਪੂਜਣ ਯੋਗ, ਮਸਤਕ ਤੇ ਲਾਣ ਯੋਗ। ਵਾਹਿਗੁਰੂ। ਜਿੱਥੇ ਮੇਰੇ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਅਤੇ ਇਹਨਾਂ ਗਲੀਆਂ ਦੇ ਵਿੱਚ ਸਤਿਗੁਰਾਂ ਨੇ ਬਾਲ ਲੀਲਾ ਦੇ ਜਿਹੜੇ ਕੌਤਕ
ਰਚੇ ਅੱਜ ਉਹਨਾਂ ਗਲੀਆਂ ਦੇ ਵਿੱਚ ਸਾਨੂੰ ਗਰੀਬਾਂ ਨੂੰ ਆਉਣ ਦਾ ਮੌਕਾ ਮਿਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੋ ਜੀ ਮਾਂ ਜੀ ਚਲਦੀ ਪਿਆ ਜੀ ਜੁੱਤੀਆਂ ਕਿੱਥੇ ਤੁਹਾਡੀ ਉਹ ਗੱਡੀ ਜੀ ਬੈਠੋ ਮਾਰੇ ਇਹ ਹੈ ਜੀ ਦਸਤਰਖਾਨ ਪਾਕਿਸਤਾਨੀ ਸਟਾਈਲ ਮੈਂ ਤਾਂ ਕਹਿੰਦਾ ਆਪਣੇ ਘਰ ਵੀ ਇੱਦਾਂ ਦਾ ਬਣਾ ਲਈਏ ਪਿਸ਼ੌਰੀ ਸਟਾਈਲ ਇਹੀ ਬਣਾਵਾਂਗੇ ਭਾਜੀ ਹੈ ਨਾ ਇਹ ਬੜਾ ਅੱਛਾ ਇਹ ਬ੍ਰੇਕਫਾਸਟ ਹੋਣ ਲੱਗਾ ਜੀ ਪਿਸ਼ੌਰੀ ਸਟਾਈਲ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਸੀ ਇਹ ਉਹ ਪਾਵਨ ਅਸਥਾਨ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਡੇਰਾ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਲਈ ਆਏ ਹਾਂ ਜੀ। ਅਸੀਂ ਉਸ ਅਸਥਾਨ 'ਤੇ ਖੜ੍ਹੇ ਹਾਂ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਪੰਚਮ ਪਿਤਾ ਜੀ ਦੀ ਸ਼ਹਾਦਤ ਹੋਈ ਅਤੇ ਇਸ ਅਸਥਾਨ 'ਤੇ ਸਤਿਗੁਰੂ ਜੀ ਅਲੋਪ ਹੋਏ ਸੀ ਰਾਵੀ ਦਰਿਆ ਦੇ ਵਿੱਚ ਅਤੇ ਇਹ ਪਵਿੱਤਰ ਯਾਦ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਜੀ। ਇਹ ਤੁਸੀਂ ਦਰਸ਼ਨ ਕਰ ਸਕਦੇ ਹੋ, ਅੱਗੇ ਹੋ ਕੇ ਦਰਸ਼ਨ ਕਰੋ। ਸੇਵਾਦਾਰ ਨੇ ਜੀ ਇੱਥੋਂ ਦੇ ਪੈਂਤੀ ਸਾਲ ਤੋਂ ਸੇਵਾ ਕਰਨੀ ਸੀ। ਵਾਹਿਗੁਰੂ ਇੱਧਰੋਂ ਆਜ ਪੁੱਤਰ ਦੇਖੋ ਕਿੱਧਰ ਸੇਵਾ
ਤੁਸੀਂ ਦਰਸ਼ਨ ਕਰ ਸਕਦੇ ਹੋ ਜੀ। ਇੱਥੇ ਗੁਰੂ ਸਾਹਿਬ ਇਸ਼ਨਾਨ ਕਰਨ ਆਏ ਸਨ, ਇਸ਼ਨਾਨ ਕਰਦੇ ਹੀ ਗੁਰੂ ਸਾਹਿਬ ਅਲੋਪ ਹੋ ਗਏ ਸੀ। ਇਹ ਉਹ ਪਾਵਨ ਅਸਥਾਨ इस स्थान की कार सेवा चल रही है जी। वाहेगुरु जी का खालसा वाहेगुरु जी की फतेह। आज साडे नाल बड़ा होनहार बच्चा सरदार महिंद्रपाल सिंह पाकिस्तान तो, सिख कौम की शान, सिख पंथ की शान, क्रिकेटर है जी, पाकिस्तान क्रिकेट वालों खेडते हैं, बहुत नाम है, तुसी सुनिया होएगा। ਸਾਡੇ ਇੰਡੀਆ ਵਿੱਚ ਇਹਨਾਂ ਦੀ ਨਿਊਜ਼ ਬਹੁਤ ਵਾਇਰਲ ਹੋਈ ਸੀਗੀ ਜਦੋਂ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਨਾ ਖੱਟਿਆ ਸੀ। ਸਤਿਗੁਰ ਦੇ ਅੱਗੇ ਇਹੀ ਅਰਦਾਸ ਹੈ ਕਿ ਮਾਲਕ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰਨ, ਇਹ ਆਪਣੀ ਕੰਟਰੀ ਵੱਲੋਂ ਜੀ ਜਾਨ ਲਗਾ ਕੇ ਖੇਡਣ ਅਤੇ ਸਿੱਖ ਕੌਮ ਦਾ ਨਾਮ ਰੋਸ਼ਨ ਕਰਨ। ਸਾਨੂੰ ਇਹਨਾਂ 'ਤੇ ਬਹੁਤ ਪ੍ਰਾਊਡ ਹੈ, ਅਸੀਂ ਇਹਨਾਂ 'ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਜੀ। ਅਤੇ ਸਤਿਗੁਰ ਕਿਰਪਾ ਕਰਨ, ਇਹਨਾਂ ਨੂੰ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਬਖਸ਼ਿਸ਼ ਕਰਨ ਜੀ। ਇਹ ਮੇਰੀ ਦਿਲੋਂ ਅਰਦਾਸ ਹੈ, ਸਾਰੀ ਕੌਮ ਅਰਦਾਸ ਕਰਿਓ, ਸਾਰਾ ਪੰਥ ਅਰਦਾਸ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਰਬਾਰ। ਜਿਹਨੇ ਆਖਿਆ ਸੀ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ, ਹਾਂ ਜੀ, ਬੜਾ ਵੱਡਾ ਸ਼ਾਇਰ ਹੋਇਆ, ਬੜਾ ਮਕਬੂਲ ਸ਼ਾਇਰ ਹੋਇਆ ਜੀ। ਹਾਂ ਜੀ, ਹਾਂ ਜੀ। ਅਰੇ ਯਾਰ ਭਾਈ ਸਾਹਿਬ, ਤੁਸੀਂ ਇਹ ਨਾ ਕਿਹਾ ਕਰੋ, ਇਹ ਜੀ ਹੈ ਸ਼ਾਹੀ ਮਸਜਿਦ ਲਾਹੌਰ ਦੀ, ਬਹੁਤ ਹੀ ਵੱਡੀ ਮਸਜਿਦ ਹੈ ਜੀ ਇਹ। ਹਾਂਜੀ ਮਹਾਰਾਜ, ਵਾਹ ਕਿਆ ਬਾਤ ਹੈ, ਸ਼ਾਹੀ ਮਸਜਿਦ ਲਾਹੌਰ ਪਾਕਿਸਤਾਨ। ਇਹਦੇ ਨਾਲ ਹੀ ਬਿਲਕੁਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਥਾਨ ਹੈ। ਆਪਣੇ ਵੀਰ ਸਾਰੇ ਦਰਸ਼ਨ ਮੇਲੇ ਕਰਕੇ ਆ ਰਹੇ ਹਨ। ਉਹਨਾਂ ਡਾਕੂਮੈਂਟ ਲਿਖਿਆ ਹੋਇਆ ਕਿ ਆਪਣੇ ਆਈਏ। ਥੈਂਕ ਯੂ ਜੀ। ਚਾਰ
ਕਿਲਾ ਐਡਾ ਵੱਡਾ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਜੀ ਕਿਲਾ ਜੋ ਹੋਇਆ ਮਾਲਾ 2 ਬੈਡਰੂਮ ਸੈੱਟ ਥੋੜੀ ਹੈ ਵੱਡਾ ਹੀ ਹੋਣਾ ਨਾ ਕਿਲਾ ਤੇ ਹੁੰਦਾ ਹੀ ਵੱਡਾ ਮਿਨਾਰੇ ਮਿਨਾਰੇ ਪਾਕਿਸਤਾਨ ਲਾਹੌਰ ਵਾਹ ਹੁਣ ਅਸੀਂ ਵਾਪਸ ਜਾ ਰਹੇ ਹਾਂ ਜੀ ਆਪਣੇ ਦੇਸ਼ ਨੂੰ ਇੰਡੀਆ ਨੂੰ ਪਾਕਿਸਤਾਨ ਤੋਂ ਅਤੇ ਬੋਰਡਰ ਦੇ ਰਾਹ ਵੱਲ ਨੂੰ ਵੱਧਦੇ ਹੋਏ ਅਤੇ ਰਸਤੇ ਦੇ ਵਿੱਚ ਤੁਸੀਂ ਨਜ਼ਾਰੇ ਦੇਖੋ ਆ ਗਏ ਹਾਂ ਜੀ ਹਿੰਦੁਸਤਾਨ ਪਾਕਿਸਤਾਨ ਬੋਰਡਰ 'ਤੇ ਅਤੇ ਜਾ ਰਹੇ ਹਾਂ ਵਾਪਸ ਬਾਕੀ ਬੋਰਡਰ ਟੱਪ ਕੇ ਫਿਰ ਤੁਹਾਨੂੰ ਦਿੰਦੇ ਹਾਂ ਜੀ ਅਪਡੇਟ ਇੰਡੀਆ ਵਾਪਸ ਜਾ ਰਹੇ ਹਾਂ ਜੀ ਅੱਜ ਬੋਰਡਰ ਕ੍ਰੋਸ ਹੋ ਰਿਹਾ ਸਮਾਨ ਲੈ ਕੇ ਜਾ ਰਹੀ ਸਾਰਾ ਬਾਏ ਬਾਏ ਪਾਕਿਸਤਾਨ ਮੇਰੇ ਵੀ ਬਾਏ ਬਾਏ ਕਰਾਇਓ ਇੱਕ ਮਿੰਟ ਜਾਓ ਜਾਓ ਕਰੋ ਜੀ ਜਾ ਰਹੇ ਹਾਂ ਜੀ ਪਹੁੰਚ ਗਏ ਹਾਂ ਜੀ ਬੋਰਡਰ 'ਤੇ ਉਹ ਕ੍ਰੋਸ ਹੋ ਰਿਹਾ ਬੋਰਡਰ ਸਮਾਨ ਜਾ ਰਿਹਾ ਸਾਰਾ ਉਹ ਆ ਗਿਆ ਸਾਹਮਣੇ ਇਹ ਆਹ ਪਾਕਿਸਤਾਨ ਦਾ ਝੰਡਾ ਅਤੇ ਆਹ ਇੰਡੀਆ ਦਾ ਆ ਗਿਆ ਸਾਹਮਣੇ ਜਿਵੇਂ ਆਉਣ ਦੀ ਖੁਸ਼ੀ ਸੀ ਉਵੇਂ ਹੁਣ ਸਾਨੂੰ ਆਪਣੇ ਵਤਨ ਜਾਣ ਦੀ ਖੁਸ਼ੀ ਹੈ ਬਿਲਕੁਲ ਸਹੀ ਫਰਮਾਇਆ ਮਹਾਰਾਜ ਮੈਨੂੰ ਇੱਦਾਂ ਨਹੀਂ ਲੱਗਦਾ ਆਪਾਂ ਥੋੜ੍ਹੇ ਦਿਨਾਂ ਦੇ ਵਿੱਚ ਉਰਦੂ ਦੇ ਕਾਫੀ ਲਫ਼ਜ਼ ਸਿੱਖ ਗਏ ਹਾਂ ਸਹੀ ਬਹੁਤ ਇਸਤਕਬਾਲ ਕੀਤਾ ਇਹਨਾਂ ਨੇ ਸਾਡਾ ਅੱਲਾ ਖੈਰ ਕਰੇ ਅੱਲਾ ਖੈਰ ਕਰੇ ਤੈ ਦਿਲੋਂ ਮਸ਼ਰੂਫ ਹਾਂ ਅੱਲਾ ਖੈਰ ਕਰੇ ਮੈਂ ਵੀ ਮਸ਼ਕੂਰ ਹਾਂ ਹਾਂਜੀ ਚੱਲਦੇ ਹਾਂ ਫਿਰ ਹਾਂਜੀ ਇਹ ਕੋਲ ਹੀ ਆ ਹਾਂਜੀ ਹਾਂਜੀ ਕੋਲ ਕੋਲ ਹੈ ਠੀਕ ਹੈ ਤੁਹਾਡੇ ਕੋਲ ਨੇ ਹਾਂਜੀ ਲੱਗਦਾ ਇਹ ਦੇਖੋ ਇਹ ਦੇਖੋ ਤੇਰਾ ਕਿੱਥੇ ਪਾਸਪੋਰਟ ਜੇਬ ਚ ਕ੍ਰੋਸ ਹੋਇਆ ਦੂਜਾ ਹੋਣਾ ਹੈ ਵਾਹ ਮਹਾਰਾਜ ਆ ਜ਼ੀਰੋ ਲਾਈਨ ਤੇ ਇੱਕ ਬੰਦਾ ਬੈਠਾ ਹੈ ਪਾਕਿਸਤਾਨੀਆਂ ਦਾ ਮਹਾਰਾਜ ਇਹ ਵੇਖੋ ਕਿੰਨੀ ਖੁਸ਼ੀ ਵਾਲੀ ਗੱਲ ਹੈ ਸਾਡੀ ਆਮਦ ਦੇ ਵਿੱਚ ਰੋਡ ਨਵੀਂ ਬਣਾਤੀ ਉਹਨਾਂ ਨੇ ਇੰਡੀਆ ਵਾਲਿਆਂ ਨੇ ਇਹ ਆਹ ਵੇਖੋ ਕ੍ਰੋਸ ਕਰਨ ਲੱਗੇ ਤਾਂ ਰੋਡ ਸਾਨੂੰ ਨਵੀਂ ਮਿਲ ਰਹੀ ਦਾਰਾ ਸਿੰਘ ਅਤੇ ਅਮਨਜੋਤ ਸਿੰਘ ਚਾਹ ਪਾਣੀ ਦਾ ਇੰਤਜ਼ਾਮ ਕਰਨ ਗਏ ਨੇ ਜੀ ਅਤੇ ਹੁਣ ਵਾਪਸੀ 'ਤੇ ਘਰ ਜਾ ਰਹੇ ਹਾਂ ਜੀ ਪਾਕਿਸਤਾਨ ਦਾ ਬੋਰਡਰ ਕ੍ਰੋਸ ਕਰ ਲਿਆ ਸੀ ਇੰਡੀਆ ਵਾਪਸ ਆ ਗਏ ਹਾਂ ਸੋ ਇਹ ਉੱਥੋਂ ਦੀਆਂ ਫੋਟੋਆਂ ਵੀਡੀਓਜ਼ ਉਹ ਸਰਦਾਰ ਜੀ ਨੂੰ ਦਿਖਾ ਰਹੇ ਨੇ ਵੀ ਕਿਸ ਤਰ੍ਹਾਂ ਅਸੀਂ ਪਾਕਿਸਤਾਨ ਦਰਸ਼ਨ ਕਰਕੇ ਆਏ ਹਾਂ ਆ ਗਏ ਜੀ ਆ ਗਏ ਆ ਗਏ ਪਾਕਿਸਤਾਨ ਦੇ ਦਰਸ਼ਨ ਕਰਾ ਰਹੇ ਸੀ ਉਹਨਾਂ ਨੂੰ ਹਾਂਜੀ ਉਹ ਭਾਈ ਸਾਹਿਬ ਕਹਿ ਰਹੇ ਸੀਗੇ ਕਿੱਥੋਂ ਆਇਆ ਸੀਗਾ ਕਿ ਨਨਕਾਣਾ ਸਾਹਿਬ ਦਰਸ਼ਨ ਕਰਕੇ ਆ ਰਹੇ ਕਹਿੰਦੇ ਅਸੀਂ ਵੀ ਧੰਨ ਹੋ ਗਏ ਜਿਨ੍ਹਾਂ ਦੇ ਅਸੀਂ ਮੱਥੇ ਲੱਗੇ ਹਾਂ ਸੋ ਮੈਂ ਕਿਹਾ ਤੁਹਾਨੂੰ ਦਰਸ਼ਨ ਕਰਾ ਦਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ